ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਕੋਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਵੱਲੋਂ ਜੋ ਜੇਲ ਵਾਰਡਨ ਦੀਆਂ 815 ਅਸਾਮੀਆਂ ਕੱਢੀਆਂ ਗਈਆਂ ਸੀ ਔਰ ਉਸ ਦਾ ਨੋਟੀਫਿਕੇਸ਼ਨ ਅਸ ਦਿ ਇੰਟਰਵਿਊ ਦੇ ਪੇਪਰ ਚ ਆਇਆ ਸੀ ਤੋਂ ਉਸ ਦਾ ਜੋ ਲਿੰਕ ਹੈ ਉਹ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਬਹੁਤ ਸਾਰੇ ਜੋ ਕੈਂਡੀਡੇਟਸ ਹੈ ਉਹਨਾਂ ਦੀ ਇਨਕੁਆਰੀ ਸੀ ਕਿ ਅਜੇ ਤੱਕ ਜਿਹੜਾ ਲਿੰਕ ਹੈ ਉਹ ਵੈਬਸਾਈਟ ਤੇ ਅਪਲੋਡ ਨਹੀਂ ਕੀਤਾ ਗਿਆ ਤੋ ਇਹ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਆਫੀਸ਼ੀਅਲ ਵੈਬਸਾਈਟ ਤੇ ਆ ਐਸਐਸਬੀ ਦੀ ਸਾਈਟ ਤੇ ਤੋ ਇਹ ਲਿੰਕ ਤੁਸੀਂ ਦੇਖ ਰਹੇ ਹੋ ਇਹ ਲਿੰਕ ਆ ਗਿਆ ਕਲਿਕ ਹੇਅਰ ਟੂ ਵਿਊ ਦਾ ਡਿਟੇਲ ਐਡਵਰਟਾਈਜ਼ਮੈਂਟ ਨੰਬਰ ਵਾਰਡਨ ਮੈਟਰਨ ਤੋ ਇਸ ਜਿਹੜੀ ਆਨਲਾਈਨ ਸਟਾਰਟਿੰਗ ਹੈ ਉਹ ਹੈ 10 ਮਈ ਅੱਜ ਤੋਂ ਸਟਾਰਟ ਹੋ ਰਹੀ ਹੈ ਔਰ ਜੀ ਲਾਸਟ ਡੇਟ ਜਿਹੜੀ ਹੈ 31 5 2021 ਤੱਕ ਹੈ ਤੋ ਇਹਨੋਂ ਅਸੀਂ ਜਿਸ ਤਰ੍ਹਾਂ ਹੀ ਕਲਿਕ ਕਰਾਂਗੇ ਇਸ ਦਾ ਨੋਟੀਫਿਕੇਸ਼ਨ ਜਿਹੜਾ ਮੈਂ ਡਾਊਨਲੋਡ ਕਰ ਚੁੱਕਿਆ ਹਾਂ ਔਰ ਕਲਿੱਕ ਕਰਨ ਦੇ ਨਾਲ ਸਾਨੂੰ ਇਸ ਦਾ ਜੋ ਨੋਟੀਫਿਕੇਸ਼ਨ ਹੈ ਉਹ ਪੂਰਾ ਜੋ ਹੈ ਆਊਟ ਹੋ ਜਾਏਗਾ ਤੁਸੀਂ ਸਕਰੀਨ ਦੇ ਦਿਖ ਰਹੇ ਹੋ ਅਦੀਨ ਸੇਵਾਮਾ ਚੌਨ ਬੋਰਡ ਪੰਜਾਬ ਔਰ ਇਸ ਇਸ਼ਤਿਹਾਰ ਦੀ ਡੇਟ ਅੱਜ ਦੀ ਹੈ ਜੀ 10 ਮਈ 2021 ਔਰ ਇਸ ਦਾ ਆਨਲਾਈਨ ਅਪਲਾਈ ਡੇਟ ਵੀ ਅੱਜ ਤੋਂ ਸਟਾਰਟ ਹੈ 10 ਮਈ 2021 ਔਰ ਇਸ ਦੀ ਲਾਸਟ ਡੇਟ ਹੈ ਜੀ 31 ਮਈ 2021 ਸ਼ਾਮ 5 ਵਜੇ ਤੱਕ ਔਰ ਇਸ ਦੀ ਫੀਸ ਭਰਨ ਦੀ ਤਰੀਕ ਹੈਗੀ ਹੈ ਜੀ 2 6 2021 ਤੋਂ ਉਸ ਤੋਂ ਬਾਅਦ ਹੈ ਵਿਸਥਾਰ ਪੂਰਕ ਸੂਚਨਾ ਜਿਸ ਵਿੱਚ ਹੈ ਕਿ ਜਨਰਲ ਪੁਲਿਸ ਜ਼ਿਲ੍ਹਿਆਂ ਤੋਂ ਪ੍ਰਾਪਤ ਹੋਏ ਮੰਗ ਪੱਤਰ ਅਨੁਸਾਰ ਗਰੁੱਪ ਸੀ ਦੀਆਂ ਵਾਰਡਨ ਦੀਆਂ 815 ਅਸਾਮੀਆਂ ਜੋ ਕਿ ਸਿਰਫ ਪੁਰਖ ਉਮੀਦਵਾਰ ਮੇਲ ਉਮੀਦਵਾਰ ਵਾਸਤੇ ਹੈ और दिया बत्ती दत्ती है जो कि सिर्फ इसत्रियों वास्ते है और इसकी जो बेसिक क्वालिफिकेशन है उस उसकी बेसिक क्वालिफिकेशन की सब तो पहला गल करते हैं असामी का ना आ गया जी वार्डन और इसकी जो क्वालिफिकेशन है वो है कि प्लस टू पास और मैट्रिक पद्धर तक थोड़ी जोड़ी है पंजाबी पास होनी चाहिए है सैकेंड नंबर दे फिजिकल मेजरमेंट पी एम टी ਜਿੱਦ ਫਿਜ਼ੀਕਲ ਸਟੈਂਡਰਡ ਮਿਨਿਮਮ ਹਾਈਟ ਜੋ ਹੈ 5 ਫੁੱਟ 7 ਇੰਚ ਹੈ ਔਰ 5 ਫਿਟ 4.5 ਇੰਚ ਹੈਗੇ ਆਫ ਡੋਗਰਾ ਜਾਂ ਗੋਰਖਾ ਦੇ ਨਾਲ ਸੰਬੰਧਿਤ ਜਿਹੜੇ ਕੈਂਡੀਡੇਟ ਹੈ ਔਰ ਚੈਸਟ ਹੈਗੀ ਹੈ 33 언ਐਕਸਪੈਂਡਡ ਤੇ ਐਕਸਪੈਂਡਡ ਹੈਗੀ ਹੈ 34 1 ਐਂਡ 1/2 ਯਾਨਕਿ 34.5 ਵਿਜ਼ਨ ਨਾਰਮਲ ਇਨ ਬੋਥ ਆਈਜ਼ ਔਰ उसद तो है जी इस एफिशिएंसी एफिशियेंसी टेस्ट है उस फिजिकल एफिशिएंसी टेस्ट दे की होएगा हंडर्ड मीटर दी जड़ी है दौड़ होएगी और फिफ्टीन सैकेंड ओनली वन चांस देता जाएगा शु शॉटपुट और जरा कि इस वेट होएगा सोलह पाउंड और इस थ्री चांस मिलेंगे और इस जो डिस्टेंस होएगी फाइव पॉइंट फाइव मीटर होएगी उस रॉप कलाइंबिंग पंद्रह फिट ਦੀ ਤਨ ਰੋਪ ਕਲਾਈਮਬਿੰਗ ਕਰਨੀ ਪਏਗੀ ਔਰ ਇਸ ਦੇ ਤਿੰਨ ਚਾਂਸ ਜਿਹੜੇ ਹੈ ਦਿੱਤੇ ਜਾਣਗੇ ਉਸ ਤੋਂ ਬਾਅਦ ਐਕਸ ਸਰਵਿਸਮੈਨ ਅਗਰ ਕੈਂਡੀਡੇਟ ਹੈ ਤਾਂ ਐਕਸ ਸਰਵਿਸਮੈਨ ਕੈਂਡੀਡੇਟ ਦੀ ਜਿਹੜੀ ਹੈ 100 ਮੀਟਰ ਦੀ ਜਿਹੜੀ ਦੌੜ ਹੈ ਉਸ ਦੇ ਵਾਸਤੇ ਟਾਈਮ ਜਿਹੜਾ 17.5 ਸੈਕਿੰਡ ਦਿੱਤੇ ਜਾਣਗੇ ਔਰ ਸ਼ਾਰਟ ਪੁੱਟ ਵਾਸਤੇ 5 ਮੀਟਰ 3 ਚਾਂਸ ਮਿਲਣਗੇ ਔਰ ਰੋਪ ਕਲਾਈਮਬਿੰਗ ਵਾਸਤੇ 12 ਫੁੱਟ ਦੇ 3 ਚਾਂਸ ਦਿੱਤੇ ਜਾਣਗੇ ਸੈਕੰਡ ਅਸਾਮੀ ਹੈ ਸਾਡੇ ਕੋਲ ਜੀ ਮੈਟਰਨ ਇਸ ਅਸਾਮੀ ਲਈ ਕੇਵਲ ਇਸਤਰੀਆਂ ਉਮੀਦਵਾਰੀ ਅਪਲਾਈ ਕਰ ਸਕਦੀਆਂ ਇਸ ਦੀ ਬੇਸਿਕ ਕੁਆਲੀਫਿਕੇਸ਼ਨ ਸੇਮ ਹੈ ਪਲੱਸ 2 ਪਾਸ ਤੇ میٹرਿਕ ਪੱਧਰ ਤੱਕ ਤੁਹਾਡੀ ਜਿਹੜੀ ਹੈ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਸ ਵਿੱਚ ਜਿਹੜਾ ਫਿਜ਼ੀਕਲ ਸਟੈਂਡਰਡ ਹੈ ਮਿਨੀਮਮ 5 ਫੁੱਟ 3 ਦੀ ਹਾਈਟ ਹੋਣੀ ਚਾਹੀਦੀ ਔਰ weight ਜਿਹੜਾ 50 kg ਐਂਡ ਅਬਵ vision is a normal in both eyes vision ਜਿਹੜਾ ਦੋਨਾਂ ਆਈਸ ਦਾ ਨਾਰਮਲ ਹੋਣਾ ਚਾਹੀਦਾ और मस्ट नॉट भी कलर ब्लाइंडस की प्रॉब्लम नहीं होनी चाहिए फिजिकल एफिशेंसी जो टैसट है वो जिस आ जाएगा हंडर्ड मीटर जी रेस है और तो उस टाइम होएगा उसका अठारह पॉइंट पांच सैकेंड शॉर्टपुट ट्वैल्व पाउंड और डिस्टेंस होएगी फोर मीटर इस तीन चांस मिलने और रोप कलाइंबिंग आ जाएगा टवैल्व फीट इस तीन चांस जोड़े है ਮਿਲਣਗੇ ਸੇਮ ਹੀ ਉਸ ਤੋਂ ਬਾਅਦ ਐਕਸ ਸਰਵਿਸਮੈਨ ਅਗਰ ਬੋਮੈਨ ਦੇ ਵਿੱਚ ਐਕਸ ਸਰਵਿਸਮੈਨ ਹੈ 100 ਮੀਟਰ ਰਨ ਤੇ ਉਸ ਦਾ ਜਿਹੜਾ ਟਾਈਮ ਹੈ ਉਹ 20 ਸੈਕਿੰਡ ਹੈ ਔਰ ਸ਼ਾਰਟ ਪੁੱਟ ਵਾਸਤੇ 3.5 ਮੀਟਰ 3 ਚਾਂਸ ਔਰ ਰੋਪ ਕਲਾਈਮਿੰਗ ਵਾਸਤੇ 10 ਫੀਟ ਔਰ 3 ਚਾਂਸ ਉਸ ਤੋਂ ਬਾਅਦ ਹੈ ਅਸਾਮੀਆਂ ਦਾ ਵਰਗੀਕਰਨ ਸਭ ਤੋਂ ਪਹਿਲਾਂ ਅਗਰ ਜਨਰਲ ਕੈਟਾਗਰੀ ਦੀ ਗੱਲ ਕਰਦੇ ਹਾਂ ਇਸ ਦੇ ਵਿੱਚ 352 ਅਸਾਮੀਆਂ ਔਰ ਉਸ ਦੇ ਵਿੱਚ ਮੈਟਰਨ ਫੀਮੇਲ ਦੀਆਂ 13 ਅਸਾਮੀਆਂ ਸਭ ਤੋਂ ਪਹਿਲਾਂ ਇਹ ਆ ਗਿਆ ਜੀ ਨੀਚੇ ਵਾਲਾ ਜਿਹੜਾ ਕਾਲਮ ਹੈ ਇਹ ਮੇਲ ਵਰਡਨ ਦਾ ਹੈ ਔਰ ਇਹ ਵਾਲਾ ਜਿਹੜਾ ਹੈ ਫੀਮੇਲ ਵਰਡਨ ਦਾ ਹੈ ਤੋਂ ਸਭ ਤੋਂ ਪਹਿਲਾਂ ਅਗਰ ਅਸੀਂ ਜਨਰਲ ਦੀ ਗੱਲ 352 ਇਕਨੋਮਿਕਲ ਵੀਕਰ ਸੈਕਸ਼ਨ ਦੀ 82 ਹੈ ਸ਼ੈਡਿਊਲ ਕਾਸਟ ਐਮ ਐਂਡ ਵੀ ਦੀ 82 ਹੈ ਆਰ ਐਂਡ ਓ ਦੀ 81 ਹੈ ਬੈਕਵਰਡ ਕਲਾਸ ਦੀ 80 ਹੈ ਐਕਸ ਸਰਵਿਸਮੈਨ ਜਨਰਲ ਦੀ 57 ਹੈ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਵੀ ਦੀ 16 ਤੁਸੀਂ ਸਕਰੀਨ ਦੇਖ ਸਕਦੇ ਹੋ ਔਰ ਟੋਟਲ ਹੈ ਸਾਡੇ ਕੋਲ ਜੀ 815 ਉਸ ਤੋਂ ਬਾਅਦ ਸੈਕੰਡ ਕਾਲਮ ਹੈ ਸਾਡੇ ਕੋਲ ਮੈਟਰਨ ਇਹ ਫੀਮੇਲ ਵਾਸਤੇ ਹੈ ਜਨਰਲ ਦੀਆਂ 13 ਇਕਨੋਮਿਕਲ ਵੀਕ ਸੈਕਸ਼ਨ ਦੀਆਂ 3 ਹੈ ਸ਼ਡਿਊਲ ਕਾਸਟ ਐਮ ਐਂਡ ਬੀ ਦੀਆਂ 3 ਹੈ ਸ਼ਡਿਊਲ ਕਾਸਟ ਆਰ ਐਂਡ ਓ ਦੀਆਂ 3 ਹੈ ਬੈਕਵਰਡ ਕਲਾਸ ਦੀਆਂ 3 ਹੈ ਐਕਸ ਸਰਵਿਸਮੈਨ ਜਨਰਲ ਦੀਆਂ 3 ਹੈ ਐਕਸ ਸਰਵਿਸਮੈਨ ਐਸ ਸੀ ਐਂਡ ਐਮ ਐਂਡ ਬੀ ਐਂਡ ਆਰ ਓ ਦੀ 1-1 ਹੈ ਔਰ ਟੋਟਲ ਪੋਸਟਾਂ ਹੋ ਗਈਆਂ ਸਾਡੇ ਅੱਜ 32 ਅਗਰ ਅਸੀਂ ਟੋਟਲ ਪੋਸਟਾਂ ਦੀ ਗੱਲ ਕਰੀਏ ਤੇ 815 ਇੱਕ ਹੋ ਗਈਆਂ ਔਰ 32 ਇੱਕ ਹੋ ਗਏ ਸੀ ਅਗਰ ਅਸੀਂ ਟੋਟਲ ਕਰ ਦਨੇ ਆ ਇਹ ਸਾਡੇ ਕੋਲ ਜਾਂਦੀਆਂ 847 ਅਸਾਮੀਆਂ ਜਿਹੜੀਆਂ ਬਣ ਜਾਂਦੀਆਂ ਟੋਟਲ 847 ਅਸਾਮੀਆਂ ਉਸ ਤੋਂ ਬਾਅਦ ਇਸ ਦਾ ਜੋ ਪੇ ਸਕੇਲ ਹੈ ਉਹ ਪੇ ਸਕੇਲ ਹੈਗਾ ਜੀ 19900 ਇਸ ਦਾ ਪੇ ਸਕੇਲ ਹੈਗਾ ਜੀ 19 ਇਸ ਵਿੱਚ ਜੋ ਏਜ਼ ਕਾਊਂਟ ਹੋਣੀ ਹੈ ਉਹ ਇੱਕ ਇੱਕ 2021 ਤੋਂ ਏਜ ਕਾਉਂਟ ਹੋਈ ਹੈ اگر جنرل categories ਦੀ ਗੱਲ ਕਰਦੇ ਆ ਉਸ ਦੇ ਵਿੱਚ ਏਜ ਜਿਹੜੀ ਹੈ 18 ਤੋਂ ਲੈ ਕੇ 27 ਤੱਕ ਹੈ ਉਮੀਦਵਾਰ ਦੀ ਉਮਰ ਉੱਪਰਲੀ ਸੀਮਾ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਗਰ ਕੋਈ ਗਵਰਨਮੈਂਟ EMPLOYEES ਜਾਂ ਸੈਂਟਰ EMPLOYEES ਹੈ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਜਿਹੜੀ ਉੱਪਰਲੀ ਉਮਰ ਹੈ ਉਹ 32 ਸਾਲ ਦੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੈ ਪੈਨਸ਼ਨਡ ਸੋਲજર ਅਗਰ ਕੋਈ ਪੈਨਸ਼ਨ ਸੋਲજર ਹੈ ਜਾਂ ਆਰਮਡ ਫੋਰਸ ਵਿੱਚ ਰਿਟਾਇਰ ਹੈ ਉਸ ਦੀ ਉਮਰ ਦੀ ਜਿਹੜੀ ਹੱਦ ਹੈ ਉਹ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੇ ਵੀ ਉਸ ਤੋਂ ਬਾਅਦ ਹੈ ਮੈਟਰਨ ਦੀ ਪੋਸਟ ਵਾਸਤੇ ਜਨਰਲ ਦੀ ਜਿਹੜੀ ਏਜ ਹੈ 18 ਤੋਂ 27 ਸਾਲ ਹੋਣੀ ਚਾਹੀਦੀ ਹੈ ਗਵਰਨਮੈਂਟ EMPLOYE OF ਪੰਜਾਬ ਐਂਡ ਸੈਂਟਰ ਗਵਰਨਮੈਂਟ ਦੀ ਉਹ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸ ਵਾਸਤੇ ਜਿਹੜੀ ਉਮਰ ਹੈ ਉਹ 32 ਸਾਲ ਦੀ ਹੋਣੀ ਚਾਹੀਦੀ ਹੈ ਔਰ ਐਕਸ ਸਰਵਿਸਮੈਨ ਦੀ ਉਸ ਤੋਂ ਬਾਅਦ ਇਸ ਦਾ ਆ ਗਿਆ ਫੀਸ ਦਾ ਵੇਰਵਾ ਜਨਰਲ ਕੈਟਾਗਰੀ ਦੀ ਜਿਹੜੀ ਫੀਸ ਹੈ 1000 ਰੁਪਏ ਹੋਏਗੀ ਐਸਸੀ ਐਂਡ ਬੀਸੀ ਦੀ ਜਿਹੜੀ ਫੀਸ ਹੈ 250 ਹੋਏਗੀ ਔਰ ਐਕਸ ਸਰਵਿਸਮੈਨ ਇੰਡੀਪੈਂਡੈਂਟ ਦੀ ਫੀਸ ਜਿਹੜੀ ਹੈ ਉਹ 200 ਹੋਵੇਗੀ ਉਸ ਤੋਂ ਬਾਅਦ ਇਸ ਦਾ ਜਿਹੜਾ ਚੋਣ ਵਿਧੀ ਹੈ ਸਿਲੈਕਸ਼ਨ ਪ੍ਰੋਸੈਸ ਹੈ ਇਸ ਦਾ ਇੱਕ ਜਿਹੜਾ ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨ ਲਿਖਤੀ ਪ੍ਰੀਖਿਆ ਜਿਹੜੀ ਹੈ ਲਈ ਜਾਏਗੀ ਔਰ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰਿਤ ਸਾਂਝੀ ਕਾਮਨ ਮੈਰਿਟ ਲਿਸਟ ਜਿਹੜੀ ਹੈ ਤਿਆਰ ਕੀਤੀ ਜਾਏਗੀ ਔਰ ਇਸ ਪ੍ਰੀਖਿਆ ਵਿੱਚ ਉਮੀਦਵਾਰ ਨੂੰ ਘੱਟੋ ਘੱਟ 40 ਪ੍ਰਤੀਸ਼ਤ ਅੰਕ ਜਿਹੜੇ ਪ੍ਰਾਪਤ ਕਰਨੇ ਜ਼ਰੂਰੀ ਹਨ ਤੋਂ ਜਿਹੜੇ ਉਮੀਦਵਾਰਾਂ ਦੇ ਨੰਬਰ 40 ਪ੍ਰਤੀਸ਼ਤ ਤੋਂ ਘੱਟ ਹੋਣਗੇ ਉਹਨਾਂ ਨੂੰ ਅਯੋਗ ਜਾਂ ਫੇਲ ਕਰਾਰ ਕਿਤਾ ਜਾਏਗਾ ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸੰਬੰਧੀ ਕੋਈ ਮਾਮਲਾ ਸਾਹਮਣੇ ਆਂਦਾ ਹੈ ਤਾਂ ਇਸ ਸੰਬੰਧੀ ਬਰਾਬਰ ਅੰਕ ਹਾਸਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਮੈਰਿਟ ਵਿੱਚ ਉਸ ਨੂੰ ਉੱਪਰ ਮੰਨਿਆ ਜਾਵੇਗਾ ਉਸ ਤੋਂ ਬਾਅਦ ਹੈ ਅਪਲਾਈ ਕਰਨ ਦੀ ਵਿਧੀ ਸਭ ਤੋਂ ਪਹਿਲਾਂ ਕੈਂਡੀਡੇਟ www.ssb.punjab.gov.in ਤੇ ਕਲਿੱਕ ਕਰਨਗੇ ਔਰ ਇਹ ਅਪਲਾਈ ਜਿਹੜਾ ਅੱਜ ਤੋਂ ਲੈ ਕੇ 31 ਮਈ ਤੱਕ ਕੈਂਡੀਡੇਟ ਜਿਹੜੇ ਐ ਅਪਲਾਈ ਕਰ ਸਕਦੇ ਐ ਉਮੀਦਵਾਰ ਆਨਲਾਈਨ ਅਪਲਾਈ ਕਰਦੇ ਸਮੇ ਸਭ ਤੋਂ ਪਹਿਲਾਂ ਅਪਲਾਈ ਕਰਨ ਦੀਆਂ ਹਦਾਇਤਾਂ ਨੂੰ ਧਿਆਨਪੂਰਕ ਪੜ੍ਹਦੇ ਹੋਏ ਬੋਰਡ ਦੀ ਵੈਬਸਾਈਟ ਤੇ ਮੌਜੂਦ ਭਰਤੀ ਤੇ ਲਿੰਕ ਤੇ ਕਲਿੱਕ ਕਰਕੇ ਆਪਣੀ ਨਿੱਜੀ ਡਿਟੇਲ ਭਰਨਗੇ ਔਰ ਜਿਸ ਦੇ ਨਾਲ ਉਹਨਾਂ ਦਾ ਰਜਿਸਟ੍ਰੇਸ਼ਨ ਪ੍ਰੋਸੈਸ ਮੁਕੰਮਲ ਹੋ ਬ ਜਾਵੇਗਾ ਅਤੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਜੋ ਹੈ ਉਹ ਜਨਰੇਟ ਹੋ ਜਾਵੇਗਾ ਤੇ ਉਮੀਦਵਾਰ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦੀ ਮਦਦ ਨਾਲ ਲੌਗਇਨ ਕਰਕੇ ਆਪਣੀ ਨਿੱਜੀ ਡਿਟੇਲ ਪਤਾ ਅਤੇ ਵਿਦਿਅਕ ਯੋਗਤਾ ਆਦਿ ਨਾਲ ਸੰਬੰਧਿਤ ਜਾਣਕਾਰੀ ਪੜਨ ਉਪਰੰਤ ਪਾਸਪੋਰਟ ਸਾਈਜ਼ ਫੋਟੋਗ੍ਰਾਫ ਹਸਤਾਖਰ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰ ਸਕਦੇ ਹਨ ਉਮੀਦਵਾਰ ਪਰੀ ਗਈ ਜਾਣਕਾਰੀ ਨੂੰ ਰੀਵਿਊ ਯੂਰ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਕੇ ਰੀਵਿਊ ਕਰ ਸਕਦੇ ਹਨ ਅਤੇ ਐਡਿਟ ਕਰ ਸਕਦੇ ਹਨ ਇੱਕ ਵਾਰ ਐਪਲੀਕੇਸ਼ਨ ਫਾਰਮ ਸਫਲਤਾਪੂਰਕ ਸਬਮਿਟ ਹੋਣ ਜਾਣ ਉਪਰੰਤ ਉਮੀਦਵਾਰ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਜਾਂ ਸੋਧ ਨਹੀਂ ਕਰ ਸਕਦੇ ਉਸ ਤੋਂ ਬਾਅਦ ਕੈਂਡੀਡੇਟ ਆਪਣੀ ਫੀਸ ਦਾ ਜਿਹੜਾ ਭੁਗਤਾਨ ਹੈਗਾ ਉਹ 2 ਜੂਨ 2021 ਤੱਕ ਕਰਵਾ ਸਕਦੇ ਹਨ ਔਰ ਇਸ ਦਾ ਜਿਹੜਾ ਭੁਗਤਾਨ ਹੈ ਨੈਟ ਬੈਂਕਿੰਗ ਕ੍ਰੈਡਿਟ ਕਾਰਡ ਡੈਬਿਟ ਕਾਰਡ ਰੁਪਿਆ ਕਾਰਡ ਫੋਨ ਪੇ ਗੂਗਲ ਪੇ ਬੈਂਕ ਚਲਾਨ ਆਦਿ ਕਿਸੇ ਵੀ ਮੋਡ ਦੇ ਰਾਹੀਂ ਆਪਣੀ ਜਿਹੜੀ ਫੀਸ ਹੈ ਉਹ ਜਮਾ ਕਰਾ ਸਕਦੇ ਹੈ ਔਰ ਉਸ ਤੋਂ ਬਾਅਦ ਹੈ ਕਿ ਫੀਸ ਭਰਨ ਲਈ ਉਮੀਦਵਾਰ ਨੂੰ ਲੌਗ ਇਨ ਕਰਨ ਲਈ ਐਪਲੀਕੇਸ਼ਨ ਨੰਬਰ ਭਰਨਾ ਹੋਵੇਗਾ ਅਤੇ ਪਾਸਵਰਡ ਤੇ ਤੌਰ ਤੇ ਉਸ ਦੀ ਜਨਮ ਮਿਤੀ ਜੋ ਕਿ ਇਸ ਤਰ੍ਹਾਂ ਦਾ ਫਾਰਮੈਟ ਵਿੱਚ ਭਰਨੀ ਹੋਏਗੀ ਤੇ ਤੁਸੀਂ ਆਪਣਾ ਜਿਹੜਾ ਫੀਸ ਦਾ ਜਿਹੜਾ ਫੀਸ ਜਿਹੜੀ ਆਪਣੀ ਤੁਸੀਂ ਇਸ ਦੇ ਨਾਲ ਆਪਣੀ ਜਿਹੜੀ ਫੀਸ ਜਿਹੜੀ ਆ ਉਹ ਪੇ ਕਰ ਸਕਦੇ ਹੋ ਉਸ ਤੋਂ ਬਾਅਦ ਹੈ ਕਿ ਫੀਸ ਮੁਕੰਮਲ ਜਾਂ ਜਮਾ ਫੀਸ ਲੋੜਿੰਦੀ ਫੀਸ ਜਮਾ ਕਰਾਉਣ ਉਪਰੰਤ ਜਿਹੜੀ ਤੁਹਾਡੀ ਐਪਲੀਕੇਸ਼ਨ ਦੀ ਪ੍ਰਕਿਰਿਆ ਪੂਰੀ ਮੁਕੰਮਲ ਹੋ ਸਕੇਗੀ ਅਤੇ ਆਨਲਾਈਨ ਐਪਲੀਕੇਸ਼ਨ ਫਾਰਮ ਸਵੀਕਾਰ ਕੀਤਾ ਜਾਏਗਾ ਇਸ ਉਪਰੰਤ ਫੀਸ ਅਦਾ ਕਰਨ ਦੀ ਮਿਤੀ ਤੋਂ ਬਾਅਦ ਦੋ ਦਿਨ ਛੱਡ ਕੇ ਅਗਲੀ ਮਿਤੀ ਤੋਂ ਐਪਲੀਕੇਸ਼ਨ ਫਾਰਮ ਜਨਰੇਟ ਤੇ ਡਾਊਨਲੋਡ ਹੋ ਸਕੇਗਾ ਉਮੀਦਵਾਰ ਇਸ ਫਾਰਮ ਦਾ ਪ੍ਰਿੰਟ ਲੈ ਕੇ ਭਵਿੱਖ ਵਿੱਚ ਇਸ ਨੂੰ ਸੰਭਾਲ ਕੇ ਰੱਖਣ ਦੀ ਲਈ ਸੰਭਾਲ ਕੇ ਰੱਖਣ ਲਈ ਜ਼ਿੰਮੇਵਾਰ ਹੋਵੇਗਾ ਤਾਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜਰੂਰ ਕਰਨਾ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ